ਪੁਰਾਣੇ ਸਮੇਂ ਦੇ ਵਿੱਚ ਜਿਸ ਜਗ੍ਹਾ ਦੇ ਉੱਪਰ ਪਾਣੀ ਦੇ ਵੱਡੇ ਸਰੋਤ ਹੁੰਦੇ ਸੀ ਜਿੱਥੇ ਛਿੜੀਆਂ ਹੁੰਦੀਆਂ ਸੀ ਰਵਾਇਤੀ ਰੁੱਖ ਜਿਆਦਾ ਗਿਣਤੀ ਦੇ ਵਿੱਚ ਲੱਗੇ ਹੁੰਦੇ ਸੀ ਉੱਥੇ ਆ ਕੇ ਪਿੰਡ ਬਸਦੇ ਹੁੰਦੇ ਸੀ ਉੱਥੇ ਆ ਕੇ ਲੋਕ ਰਹਿਣਾ ਪਸੰਦ ਕਰਦੇ ਸੀ ਪਰ ਪਿਛਲੇ 2-3 ਦਹਾਕਿਆਂ ਤੋਂ ਪੰਜਾਬ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਖਤ ਨੇ ਉਹ ਕੱਟ ਰਹੇ ਨੇ ਰਵਾਇਤੀ ਰੁੱਖ ਜਿਹੜੇ ਹੈਗੇ ਨੇ ਸਾਨੂੰ ਦਿਖਣੋਂ ਅਲੋਪ ਹੋ ਰਹੇ ਨੇ ਜਿਹਦੇ ਕਾਰਨ ਕੁਦਰਤ ਜਿਹੜੀ ਹੈਗੀ ਆ ਲਗਾਤਾਰ ਆਪਣਾ ਪ੍ਰਕੋਪ ਦਿਖਾ ਰਹੀ ਆ ਮੌਸਮ 'ਚ ਵੱਡਾ ਬਦਲਾਅ ਹੋ ਰਿਹਾ ਪਰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਐਨਜੀਓ ਦੇ ਵੱਲੋਂ ਇੱਕ ਅਨੋਖਾ ਜੰਗਲ ਲਗਾਇਆ ਗਿਆ ਰਵਾਇਤੀ ਰੁੱਖਾਂ ਦਾ ਜੰਗਲ ਲਗਾਇਆ ਗਿਆ 4 ਏਕੜ ਜ਼ਮੀਨ ਦੇ ਵਿੱਚ ਸਿਰਫ ਰਵਾਇਤੀ ਰੁੱਖ ਲਗਾਏ ਗਏ ਨੇ ਜੰਗਲ ਬਣਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੂਰਾ ਜਿਹੜਾ ਜੰਗਲ ਹੈਗਾ ਉਹ ਇਸ 4 ਏਕੜ ਜ਼ਮੀਨ ਦੇ ਵਿੱਚ ਸੰਗਰੂਰ ਦੇ ਪਿੰਡ ਕੌਲ ਸੀੜੀ ਦੇ ਵਿੱਚ ਬਣਾਇਆ ਗਿਆ ਜਿੱਥੇ ਕਿ ਜਿਹੜੇ ਰੁੱਖ ਸਾਨੂੰ 2-3 ਦਿਹਾਕੇ ਪਹਿਲਾਂ ਜ਼ਿਆਦਾ ਦਿਖਦੇ ਹੁੰਦੇ ਸੀ ਚਾਹੇ ਗੱਲ ਆਪਾਂ ਤਾਲੀਆਂ ਦੀ ਕਰੀਏ ਚਾਹੇ ਗੱਲ ਆਪਾਂ ਨਿੰਮਾਂ ਦੀ ਕਰੀਏ ਚਾਹੇ ਗੱਲ ਆਪਾਂ ਜੰਡਾਂ ਦੀ ਕਰੀਏ ਜਿਹੜੇ ਨਾਮ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਵੀ ਹੈ ਨਹੀਂ ਉਹ ਸਾਰੇ ਰੁੱਖ ਇਸ ਐਨਜੀਓ ਦੇ ਵੱਲੋਂ ਇਸ ਪਿੰਡ ਦੇ ਵਿੱਚ ਲਗਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਹੋਰ ਕਈ ਪਿੰਡਾਂ ਦੇ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਤਾਂ ਪਿੰਡ ਦੇ ਬਾਹਰ ਇੱਕ 4 ਏਕੜ ਦੇ ਵਿੱਚ ਜੰਗਲ ਬਣਾਇਆ ਗਿਆ ਜਿੱਥੇ ਕਿ ਪਿੰਡ ਦੇ ਲੋਕ ਸੈਰ ਕਰਨ ਆਉਂਦੇ ਨੇ ਕੁੜੀਆਂ ਦਾ ਅਲੱਗ ਸਮਾਂ ਰੱਖਿਆ ਹੋਇਆ ਹੈ ਮੁੰਡਿਆਂ ਦਾ ਅਲੱਗ ਸਮਾਂ ਰੱਖਿਆ ਹੋਇਆ ਹੈ ਤਾਜੀ ਹਵਾ ਮਿਲਦੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਨੇ ਆਪਣੇ ਆਲੇ ਨੇ ਬਣਾਏ ਹੋਏ ਨੇ ਜਿਹੜੇ ਪੰਛੀ ਅਲੋਪ ਹੋ ਗਏ ਸੀ ਉਹ ਤੁਹਾਨੂੰ ਇਸ ਪਿੰਡ ਦੇ ਇਸ ਜੰਗਲ ਦੇ ਵਿੱਚ ਨਜ਼ਰ ਆਉਣਗੇ ਪ੍ਰਾਜੀ ਸਰ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਜਿਹੜਾ ਜੰਗਲ ਆ ਇਹਦੀ ਸਾਂਭ ਸੰਭਾਲ ਕਰ ਰਹੇ ਨੇ ਵੀਰ ਜੀ ਪਹਿਲਾਂ ਨਾਮ ਦੱਸੋ ਆਪਣਾ ਮੇਰਾ ਨਾਮ ਜੀ ਗੁਰਸਮਰਨ ਸਿੰਘ ਮੈਂ ਰਾਉਂਡ ਕਲਾਸ ਦੇ ਵਿੱਚ ਐਜ਼ ਅ ਕੋਆਰਡੀਨੇਟਰ ਕੰਮ ਕਰ ਰਿਹਾ ਹਾਂ ਰਾਉਂਡ ਕਲਾਸ ਐਨ ਜੀਓ ਸਾਡੀ ਹਾਂਜੀ ਰਾਉਂਡ ਕਲਾਸ ਫਾਊਂਡੇਸ਼ਨ ਐਨ ਜੀਓ ਹੈ ਜੀ ਸਾਡੀ ਗੁਰਸਿਮਰਨ ਮੈਂ ਅਗਰ ਮੈਂ ਆਪਣੀ ਉਮਰ ਦੀ ਗੱਲ ਕਰਾਂ ਤਾਂ ਮੈਂ ਆਪਣੀ ਉਮਰ ਦੇ ਵਿੱਚ ਵੀ ਅੱਜ ਤੱਕ ਇਦਾਂ ਦਾ ਜੰਗਲ ਪੰਜਾਬ 'ਚ ਨਹੀਂ ਦੇਖਿਆ ਜਿਹੜੇ ਛੋਟੇ ਹੁੰਦੇ ਸਾਡੀ ਉਮਰ ਦੇ ਵਿੱਚ ਦਰਖਤ ਹੁੰਦੇ ਸੀ ਕਿਕਰਾਂ ਹੁੰਦੀਆਂ ਸੀ ਜੰਦ ਹੁੰਦੇ ਸੀ ਕਈ ਜਗ੍ਹਾ ਤਾਂ ਕੁਝ ਇਲਾਕਿਆਂ ਦੇ ਨਾਮ ਰਵਾਇਤੀ ਵੀ ਉਹ ਜਿਹੜੇ ਦਰਖਤ ਹੈਗੇ ਨੇ ਉਹਨਾਂ ਦੇ ਨਾਮ ਤੇ ਰੱਖੇ ਹੋਏ ਨੇ ਕਿਸੇ ਜੱਟਾਂ ਨੇ ਆਪਣੀਆਂ ਮੋਟਰਾਂ ਦੇ ਉੱਪਰ ਰਵਾਇਤੀ ਦਰਖਤ ਲਗਾਏ ਹੁੰਦੇ ਸੀ ਪਰ ਸਭ ਕੁਝ ਹੁਣ ਖਤਮ ਹੋ ਚੁੱਕਿਆ ਪਰ ਤੁਸੀਂ ਇਹ ਇੱਕ ਅਨੋਖੀ ਦਿੱਖ ਬਣਾਈ ਜੈਸ ਪਿੰਡ ਦੇ ਵਿੱਚ ਜੰਗਲ ਬੜਾਤਾ ਇਹ ਜੰਗਲ ਕਿਵੇਂ ਸੋਚਿਆ ਕਿ ਜੰਗਲ ਬਣਾਈਏ ਤੇ ਕਿੰਨਾ ਸਮਾਂ ਲੱਗਿਆ ਉਹਨੂੰ ਬਣਾਉਣ ਚ ਸਾਡੀ ਜੀ ਜਿਹੜੀ ਸੰਸਥਾ ਰਾਉਂਡ ਗਲਾਸ ਫਾਊਂਡੇਸ਼ਨ ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਤੇ ਕੰਮ ਕਰ ਰਹੇ ਹਾਂ 2019 ਚ ਤਕਰੀਬਨ ਅਸੀਂ ਸਟਾਰਟਅਪ ਕੀਤਾ ਸੀ ਜੀ ਉਦੋਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਸਰਦਾਰ ਚਤਨ ਸਿੰਘ ਜੀਆ ਦੇ ਖੇਤ ਚ ਆਪਾਂ ਪਿੰਡ ਕਾਲ ਸੜੀ ਖੜੇ ਚਿਤਨ ਸਿੰਘ ਜੀ ਆਨੇ ਸਾਡੇ ਨਾਲ ਸੰਪਰਕ ਕੀਤਾ ਵੀ ਅਸੀਂ ਆਪਣੇ ਖੇਤ ਦੇ ਵਿੱਚ ਵਿਰਾਸਤੀ ਰੁੱਖ ਲਾਉਣਾ ਚਾਹੁੰਦੇ ਆ ਤੇ ਉਦੋਂ ਬਾਅਦ ਫਿਰ ਇਸ ਦਾ ਮਾਡਲ ਤਿਆਰ ਕੀਤਾ ਜੀ ਇਹਨੂੰ ਜਗ੍ਹਾ ਨੂੰ ਆਪਾਂ ਡਿਵੈਲਪ ਕੀਤਾ ਉਸ ਹਿਸਾਬ ਨਾਲ ਰਾਸਤੇ ਛੱਡੇ ਬੈਂਦੜ ਜ਼ਮੀਨ ਸੀ ਜੀ ਇਹ ਠੇਕੇ ਤੇ ਪੂਰਾ ਨਕਸ਼ਾ ਬਕਾਇਦਾ ਪਹਿਲਾਂ ਨਕਸ਼ਾ ਬਣਾਇਆ ਗਿਆ ਪਹਿਲਾਂ ਪੇਪਰ ਤੇ ਨਕਸ਼ਾ ਬਣਾਇਆ ਫਿਰ ਉਦੋਂ ਬਾਅਦ ਆਪਾਂ ਨੇ ਇਸ ਨੂੰ ਜ਼ਮੀਨ ਤੇ ਇੰਪਲੀਮੈਂਟ ਕੀਤਾ ਜੀ ਤਾਂ ਕਿੰਨੀਆਂ ਕਿਸਮਾਂ ਦੇ ਰਵਾਇਤੀ ਰੁੱਖ ਨੇ ਜਿਹੜੇ ਮੈਂ ਵੀ ਕਈ ਵਾਰ ਪਹਿਲੀ ਵਾਰ ਦੇਖ ਰਿਹਾ ਇਹਨਾਂ ਦੇ ਨਾਮ ਤਾਂ ਕਈ ਵਾਰ ਕਿਤਾਬਾਂ ਚ ਜਾਂ ਉਦਾਂ ਸੁਣੇ ਨੇ ਪਰ ਅੱਖੀਂ ਪਹਿਲੀ ਵਾਰ ਦੇਖ ਰਿਹਾ ਕਿੰਨੀਆਂ ਕਿਸਮਾਂ ਲੱਗੀਆਂ ਹੁੰਦੀ तकरीबन ਇਸ ਜੰਗਲ ਚ ਇੱਥੇ ਜੀ 80 ਤੋਂ 90 ਕਿਸਮਾਂ ਦੇ ਰੁੱਖ ਨੇ ਜੀ ਜਿਹੜੇ ਇੱਥੇ ਸਰਵਾਈਵ ਕਰ ਰਹੇ ਨੇ ਜੀ ਇਸ ਟਾਈਮ ਤੇ ਪੰਜਾਬ ਦੇ ਜਿਹੜੇ ਵਿਰਾਸਤੀ ਰੁੱਖ ਨੇ ਉਹ ਵੀ ਨੇ ਕਈ ਮਾਡਰਨ ਰੁੱਖ ਵੀ ਨੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਦੇਖਣ ਨੂੰ ਮਿਲਦੇ ਉਹ ਵੀ ਇੱਥੇ ਲਗਾਏ ਹੋਏ ਨੇ ਜੀ ਆਪਾਂ ਮਾਡਰਨ ਤਾਂ ਅਸੀਂ ਦੇਖਦੇ ਰਹਿੰਨੇ ਆ ਕੁਝ ਵਿਰਾਸਤੀ ਰੁੱਖਾਂ ਦੀ ਜਾਣਕਾਰੀ ਦੇ ਦਿਓ ਜਿਹੜੇ ਲਗਾਏ ਨੇ ਜਿਨ੍ਹਾਂ ਦਾ ਆਪਾਂ ਅਸੀਂ ਵੀ ਪਹਿਲੀ ਵਾਰ ਦੇਖ ਰਹੇ ਆ ਵੀ ਉਹ ਹਵਾ ਨੂੰ ਕਹਿੰਦੇ ਬਹੁਤ ਜ਼ਿਆਦਾ ਸ਼ੁੱਧ ਕਰਦੇ ਨੇ ਕਾਫੀ ਜ਼ਿਆਦਾ ਫਾਇਦੇ ਹੁੰਦੇ ਨੇ ਜੰਡ ਹੋ ਗਿਆ ਜੀ ਬਾਣ ਹੋ ਗਿਆ ਪੀਲੂ ਹੋ ਗਿਆ ਰੇਰੂ ਕਰੀਰ ਕਮੁੱਠਾ ਉਹ ਸਾਰੇ ਰੁੱਖ ਆਪਾਂ ਇੱਥੇ ਲਾਏ ਨੇ ਜੀ ਜਿਵੇਂ ਫਰਮਾ ਹੋ ਗਿਆ ਜੀ ਤੇ ਆਪਣੀਆਂ ਦੇਸੀ ਜਾਮਣਾ ਹੋ ਗਈਆਂ ਜੀ ਜਿਹੜੀਆਂ ਪ੍ਰਾਣੀਆਂ ਅੱਗੇ ਹੁੰਦੀਆਂ ਸੀ ਸੰਭਾਲੂ ਹੋ ਗਿਆ ਮਹਿੰਦੀ ਹੋ ਗਈ ਜੀ ਉਹ ਸਾਰੇ ਰੁੱਖ ਆਪਾਂ ਨੇ ਇੱਥੇ ਲਾਏ ਆ ਜੀ ਫਲਾਹੀ ਹੋ ਗਈ ਜੀ ਜਿਹਦੀ ਲੱਕੜ ਬਹੁਤ ਕਾਮਯਾਬ ਸੀ ਪੰਜਾਬ ਦੇ ਵਿੱਚ ਸਤੀਰਾ ਨੂੰ ਆਪਾਂ ਵਰਤਦੇ ਸੀ ਜੀ ਜੰਡ ਹੋ ਗਿਆ ਜੀ ਜਿਹਦੀਆਂ ਫਲੀਆਂ ਵੀ ਖਾਂਦੇ ਸੀ ਵੈਸੇ ਵੀ ਜੰਡ ਮਸ਼ਹੂਰ ਆ ਤੇ ਉਹ ਉਹ ਵੀ ਇੱਥੇ ਲੱਗੇ ਹੋਏ ਨੇ ਜੀ ਪੱਚੀਤੀ ਬੂਟੇ ਜੀ ਬਰਖਤ ਤਾਂ ਤੁਸੀਂ ਲਗਾਏ ਨੇ ਪਰ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਜਾਂ ਜਾਨਵਰ ਇੱਥੇ ਆਪਣੇ ਆਪ ਆਏ ਨੇ ਕਿਉਂਕਿ ਸਾਡੇ ਕੰਨਾਂ 'ਚ ਆਵਾਜ਼ਾਂ ਆ ਰਹੀਆਂ ਨੇ ਜਿਹੜੀਆਂ ਆਵਾਜ਼ਾਂ ਹੁਣ ਬਾਹਰੋਂ ਟ੍ਰੈਫਿਕ ਦੀ ਆਵਾਜ਼ ਸੁਣਦੀ ਆਪਾਂ ਆਪਾਂ ਇਹ ਉਹ ਹਨਾ ਪਰ ਇੱਥੇ ਜਿਹੜੇ ਪੰਛੀਆਂ ਦੀਆਂ ਆਵਾਜ਼ਾਂ ਕੰਨਾਂ 'ਚ ਇੱਕ ਸਕੂਨ ਮਿਲਦਾ ਉਹ ਹਾਂਜੀ ਭਾਈ ਜੀ ਜਦੋਂ ਕੰਡਾ ਕੰਡੇਦਾਰ ਰੁੱਖ ਲੱਗ ਜਾਂਦੇ ਆ ਜੀ ਜਿਵੇਂ ਝੰਡ ਲੱਗ ਜਾਂਦਾ ਫਲਾਹੀ ਮਲੇ ਬੇਰ ਆ ਜੀ ਉਹ ਲੱਗ ਜਾਂਦੇ ਆ ਜੀ ਫੇਰ ਇਹ ਤਕਰੀਬਨ ਜਿਹੜੀਆਂ ਚਿੜੀਆਂ ਨੇ ਉੱਥੇ ਆਲਣੇ ਬਣਾਉਂਦੀਆਂ ਨੇ ਜੀ ਕਿਉਂਕਿ ਪਿੰਡਾਂ ਦੇ ਵਿੱਚ ਆਲਣੇ ਬਣਾਉਣ ਲਈ ਜਗ੍ਹਾ ਨਹੀਂ ਮਿਲੀ ਜੀ ਇਹਨਾਂ ਜਿਹੜੇ ਪੰਛੀਆਂ ਨੂੰ ਤਾਂ ਕਰਕੇ ਦਿੱਕਤ ਹੋਣੀ ਸ਼ੁਰੂ ਹੋ ਗਈ ਸੀ ਪੰਜਾਬ 'ਚ ਕਈ ਜਿਹੜੀ ਚਿੜੀਆਂ ਐਸੀਆਂ ਸੀ ਜਿਹੜੀਆਂ ਖਤਮ ਹੋ ਚੁੱਕੀਆਂ ਜੀ ਜਿਹੜੀਆਂ ਹੁਣ ਆ ਕੇ ਆਪਾਂ ਨੂੰ ਮਿਲੀਆਂ ਨੇ ਜੀ ਜਿਹੜੀਆਂ ਦੁਬਾਰਾ ਇਹਨਾਂ ਜੰਗਲਾਂ ਦੇ ਵਿੱਚ ਆਉਣ ਲੱਗੀਆਂ ਜੀ ਗੱਲ ਕਿਕਰਾਂ ਦੀ ਕਰੀਏ ਤਾਂ ਕਿਤੇ ਕਿਕਰਾਂ ਹੁਣ ਦਿਖਾਈ ਨਹੀਂ ਦਿੰਦੀ ਅਸੀਂ ਦੇਸੀ ਕਿਕਰਾਂ ਸਿਰਫ ਪੁਰਾਣੇ ਸਮੇਂ ਜਾਂ ਪੁਰਾਣੀਆਂ ਤਸਵੀਰਾਂ ਜਾਂ ਪੁਰਾਣੀਆਂ ਫਿਲਮਾਂ ਚੋਂ ਦਾ ਦੇਖਣ ਨੂੰ ਮਿਲ ਜਾਂਦੇ ਨੇ ਕਿ ਹਾਂ ਕਿਸੇ ਖੇਤਾਂ ਦੇ ਵਿੱਚ ਜਾਂ ਕਿਤੇ ਹੋਰ ਪਰ ਇੱਥੇ ਤੁਸੀਂ ਦੇਸੀ ਕਿਕਰਾਂ ਵੀ ਲਾਈਆਂ ਨੇ ਜਿਨ੍ਹਾਂ ਨੂੰ ਲੋਕ ਕਿਤਨਾ ਕਿਤੇ ਕਸੂਸਰਾ ਕਹਿੰਦੇ ਨੇ ਕਿ ਹਾਂ ਇਹ ਤਾਂ ਜੀ ਕਸੂਸਰਾ ਫਲਾਉਂਦੀਆਂ ਨੇ ਨਹੀਂ ਬਾਈ ਜੀ ਦੇਸੀ ਕਿਕਰ ਕਸੂਸਰਾ ਕਦੇ ਵੀ ਨਹੀਂ ਫਲਾਉਗੀ ਜਿਹੜੀ ਕਸੂਸਰਾ ਫਲਾਉਂਦੀ ਆ ਜੀ ਉਹ ਜਿਹੜੀ ਪਹਾੜੀ ਕਿਕਰਾਂ ਦੀ ਜਿਨ੍ਹਾਂ ਨੇ ਹੁਣ ਆਪਣੇ ਪੰਜਾਬ ਦੇ ਬਾਇਓਡਾਈਵਰਸਿਟੀ ਨੂੰ ਖਤਮ ਕਰਨ ਦੀ ਸੌਂ ਖਾਦੀ ਹੋਈ ਆ ਜੇ ਆਪਾਂ ਬਠਿੰਡੇਵਾਲ ਜਾਣੇ ਆ ਤੇ ਬਠਿੰਡੇ ਤੋਂ ਮਲੋਟਵਾਲ ਜਾਣੇ ਉਹ ਸੜਕਾਂ ਦੇ ਆਲੇ-ਦਾਲੇ ਜਿਹੜੀ ਉਹ ਬਹੁਤ ਭੜੇ ਕੰਡੇ ਵਾਲੀ ਕਿਕਰ ਸੀ ਉਹ ਪਹਾੜੀ ਕਿਕਰ ਸੀ ਉਹ ਕਸੂਸਰਾ ਫਲਾਉਂਦੀ ਆ ਜਿਹੜੀ ਆਪਣੀ ਦੇਸੀ ਕਿੱਕਰ ਸੀ ਤੁੱਕਿਆਂ ਵਾਲੀ ਉਹ ਖਤਮ ਹੋ ਚੁੱਕੀ ਸੀ ਉਹ ਅਸੀਂ ਇੱਥੇ ਰਿਵਾਈਵ ਕੀਤੀ ਹੈ ਜੀ ਦੁਬਾਰਾ ਉਹਦੇ ਤੋਂ ਆਪਾਂ ਨੂੰ ਤੁੱਕੇ ਵੀ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ achar ਲਈ ਉਹ ਤੁੱਕੇ ਵੀ ਵਰਤ ਸਕਦੇ ਹਾਂ ਉਹਦੀ ਦਾਤਣ ਸਭ ਤੋਂ ਕਾਮਯਾਬ ਮੰਨੀ ਜਾਂਦੀ ਸੀ ਜੀ ਉਹ ਵੀ ਇੱਥੇ ਆਪਾਂ ਦਾਤਣ ਦੀ ਤੁਸੀਂ ਗੱਲ ਕਰੀਆ ਤਾਂ ਲੋਕ ਕਿੰਨੇ ਕਿਉਂ ਹੁੰਦੇ ਨੇ ਔਰ ਕਿਉਂਕਿ ਅੱਜ ਦੇ ਸਮੇਂ 'ਚ ਤਾਂ ਗ੍ਰੀਨਰੀ ਕਿਤੇ ਮਿਲਦੀ ਉਹ ਨਹੀਂ ਜਿੱਥੇ ਵਧੀਆ ਆਕਸੀਜਨ ਮਿਲ ਜੇ ਲੋਕ ਤੁਸੀਂ ਦੱਸਿਆ ਬਾਲਾ ਬਾਬਾ ਜੀ ਦੱਸ ਰਹੇ ਸੀ ਵੀ ਸੈਰ ਕਰਨ ਉਰੇ ਲੋਕਾਂ ਦੇ ਲਾਈਨਾਂ ਲੱਗਦੀਆਂ ਨੇ ਹਾਂਜੀ ਦੋ ਤਿੰਨ ਪਿੰਡਾਂ ਦੇ ਵਿੱਚ ਇਹ ਜਮੀਨ ਪੈ ਜਾਂਦੀ ਹੈ ਦੋਨਾਂ ਤੇ ਨਾਂ ਪਿੰਡਾਂ ਦੇ ਲੋਕ ਇੱਥੇ ਸੈਰ ਕਰਨ ਲਈ ਸਵੇਰੇ ਸ਼ਾਮ ਆਉਂਦੇ ਆ ਜੀ ਉੱਥੇ ਅੱਡਾ ਟਾਈਮਿੰਗ ਆ ਜੇ ਜਿਹੜੀਆਂ ਆਪਣੀਆਂ ਭੈਣਾਂ ਨੇ ਉਹ ਸ਼ਾਮ ਦੇ ਟਾਈਮ ਜਿਹੜੇ ਆਪਣੇ ਵੀਰ ਨੇ ਉਹ ਸਵੇਰ ਦੇ ਟਾਈਮ ਇੱਥੇ ਸੈਰ ਕਰਦੇ ਆ ਜੀ ਤੇ ਬਾਕੀ ਉਹ ਸਾਰਾ ਆ ਕੇ ਇੱਥੇ ਇਹਨੂੰ ਵਾਤਾਵਰਣ ਨੂੰ ਇੰਜੋਏ ਕਰ ਸਕਦੇ ਆ ਸਵੇਰੇ ਸ਼ਾਮ ਟ੍ਰੈਫਿਕ ਦੀ ਆਵਾਜ਼ ਘੱਟ ਹੁੰਦੀ ਹੈ ਤੇ ਚੀੜੀਆਂ ਦੀ ਰੌਣਕ ਜ਼ਿਆਦਾ ਹੁੰਦੀ ਹੈ ਜੀ ਇੱਕ ਵੱਡੀ ਗੱਲ ਆਯੁਰਵੈਦਿਕ ਆਪਾਂ ਕਰਨੀ ਚਾਹਾਂਗੇ ਰਵਾਇਤੀ ਪੌਦੇ ਜਿਹੜੇ ਕਿਤਨਾ ਕਿਤੇ ਵੱਡੀਆਂ ਦਵਾਈਆਂ ਹੁੰਦੀਆਂ ਅਸੀਂ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਸੀ ਹੁਣ ਸੋਸ਼ਲ ਮੀਡੀਆ ਤੋਂ ਜਾਣਕਾਰੀ ਤਾਂ ਮਿਲ ਜਾਂਦੀ ਆ ਕਿ ਆ ਜਿਹੜਾ ਰਵਾਇਤੀ ਰੁੱਖਾ ਜੀ ਇਹ ਆ ਜਿਹੜੀ ਆ ਰੋਗਾਂ ਦੀ ਜੜ ਹੈਗਾ ਆ ਰੋਗਾਂ ਦੀ ਦਵਾਈ ਹੈਗੀ ਆ ਪਰ ਕਿਤੇ ਮਿਲਦੇ ਨਹੀਂ ਉਰੇ ਤਾਂ ਤੁਸੀਂ ਦਵਾਈਆਂ ਵੀ ਬਹੁਤ ਲਾਰਖਿਆ ਨੇ ਹਾਂਜੀ ਹਰ ਇੱਕ ਰੁੱਖ ਹਰ ਇੱਕ ਜਿਹੜੀ ਇੱਕ ਟਾਣੀ ਆ ਉਹਦੀ ਹਰ ਇੱਕ ਪੱਤਾ ਕੰਮ ਆਉਂਦਾ ਸੀ ਜੀ ਪਰ ਹੋ ਗਿਆ ਕਿ ਕਨਾ ਹੋ ਗਿਆ ਬਹੁਤ ਜ਼ਿਆਦਾ ਦੇਸੀ ਹਨਾ ਦੇਸੀ ਨਿੰਮ ਹੋ ਗਿਆ ਕਿੱਕਰ ਹੋ ਗਈ ਹੈੜਾ ਬਿਹੜੇ ਔਲਾ ਤੇ ਇਹਨਾਂ ਰੀਠਾ ਉਹ ਸਾਰਾ ਕੁਝ ਇੱਥੇ ਲਗਾਇਆ ਹੋਇਆ ਜੀ ਪਰ ਗੱਲ ਕੀ ਆਪਣੀ ਸਾਡੇ ਅਰਗਿ ਉਮਰ ਦੇ ਜਿਹੜੇ 40 35 40 ਸਾਲ ਦੇ ਉਮਰ ਦੇ ਬੰਦੇ ਵੀ ਨੇ ਉਹਨਾਂ ਨੂੰ ਵੀ ਇਹਨਾਂ ਦੀ ਆਇਡੈਂਟੀਫਿਕੇਸ਼ਨ ਖਤਮ ਹੋ ਚੁੱਕੀ ਹੈ ਜੀ ਜੇ ਮੈਨੂੰ ਤੁਸੀਂ ਕਹਦੋਂ ਵੀ ਇਮਲੀ ਦੇ ਪੱਤੇ ਚਾਹੀਦੇ ਆ ਤਾਂ ਜਿਹੜੇ ਸਾਡੇ ਦੇ ਬੰਦੇ ਨੇ ਜੀ ਉਹਨਾਂ ਨੂੰ ਵੀ ਨਹੀਂ ਲੱਭਦਾ ਵੀ ਆਪਾਂ ਇਮਲੀ ਤੋੜ ਲਈਏ ਕਿਤੇ ਖੜੀ ਵੀ ਹੋਵੇ ਆਪਾਂ ਨੂੰ ਆਇਡੈਂਟੀਫਿਕੇਸ਼ਨ ਨਹੀਂ ਜੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੁਝ ਦੇ ਕੇ ਜਾਣਾ ਤਾਂ ਇਹ ਦੱਸ ਕੇ ਜਾਵਾਂਗੇ ਜੀ ਕਮ ਸੇ ਕਮ ਵੀ ਆਹ ਔਲਾ ਭਾਈ ਆਹ ਰੀਠਾ ਆਹ ਮੈਂਦੀ ਆ ਤੁਸੀਂ ਇੱਥੋਂ ਤੋੜ ਕੇ ਇਹਨੂੰ ਯੂਟਿਲਾਈਜ਼ ਕਰ ਸਕਦੇ ਹੋ ਵਰਤ ਸਕਦੇ ਹੋ ਹਾਂਜੀ ਬਹੁਤ ਤਰੀਕੇ ਦੱਸ ਰਹੇ ਨੇ ਸਾਰੇ ਬਾਦ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੱਸਦੇ ਨੇ ਵੀ ਤੁਸੀਂ ਹਲਦੀ ਦੇ ਨਾਲ ਆਹ ਕਰ ਸਕਦੇ ਹੋ ਤੁਸੀਂ ਹੈੜਾਂ ਦੇ ਆਹ ਇੱਥੇ ਹਰ ਇੱਕ ਚੀਜ਼ ਮੌਜੂਦ ਆ ਇੱਥੇ ਹਰ ਚ ਹਰ ਇੱਕ ਚੀਜ਼ ਮੌਜੂਦ ਆ ਜੀ ਜਿਹੜੇ ਆਪਣੇ ਖੇਤ ਦੇ ਵਿੱਚ ਆਪਾਂ ਜਿਹੜੇ ਮਿਨੀ ਫੋਰੈਸਟ ਦੇ ਵਿੱਚ ਇੱਕ ਨਾਨਕ ਜੰਗਲ ਦੇ ਵਿੱਚ ਖੜੇ ਆ ਇੱਥੇ ਜੀ ਬਿਲਕੁਲ ਨਾਨਕ ਜੰਗਲ ਦਾ ਨਾਮ ਦਿੱਤਾ ਗਿਆ ਤੁਹਾਨੂੰ ਪਹਿਲਾਂ ਇਹ ਤਸਵੀਰ ਦਿਖਾਉਂਗਾ ਕਿ ਪੂਰਾ ਬਕਾਇਦਾ ਨਕਸ਼ੇ ਦੇ ਉੱਪਰ ਜਿਹੜਾ ਹੈਗਾ ਇਹ ਜਿਹੜਾ ਜੰਗਲ ਆ ਬਣਾਇਆ ਗਿਆ 4 ਏਕੜ ਜ਼ਮੀਨ ਜਿਹੜੀ ਹੈਗੀ ਆ ਇੱਕ ਕਿਸਾਨ ਨੇ ਪਿੰਡ ਦੇ ਨੇ দান ਕੀਤੀ ਆ ਜਿੱਥੇ ਐਨਜੀਓ ਦੇ ਵੱਲੋਂ ਇਹ ਪੂਰੀ ਸਾਮ ਸੰਭਾਲ ਇਸ ਜੰਗਲ ਦੀ ਕੀਤੀ ਜਾਂਦੀ ਆ ਇਹ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਪਹਿਲਾਂ ਜਿਵੇਂ મે ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਕੁਦਰਤੀ ਸੋਮਾ ਤਾਂ ਹੈ ਨਹੀਂ ਪਰ ਇਹਨਾਂ ਨੇ ਇੱਥੇ ਰਹਿੰਦੇ ਆ ਪੰਛੀਆਂ ਦੇ ਲਈ ਇੱਥੇ ਆਉਂਦੇ ਜਾਨਵਰਾਂ ਦੇ ਲਈ ਇੱਕ ਵੱਡਾ ਪਾਣੀ ਦਾ ਟੋਬਾ ਬਣਾਇਆ ਹੋਇਆ ਉਹ ਟੋਬਾ ਜਿੱਥੇ ਕੀ ਜਿਹੜੇ ਪੰਛੀ ਹੈਗੇ ਨੇ ਜਾਨਵਰ ਹੈਗੇ ਨੇ ਉਹ ਪਾਣੀ ਪੀਂਦੇ ਨੇ ਕਿਤਨਾ ਕਿਤੇ ਜਦੋਂ ਪੰਛੀਆਂ ਨੂੰ ਰਹਿਣ ਨੂੰ ਜਗ੍ਹਾ ਮਿਲ ਜੂ ਜਦੋਂ ਪੰਛੀਆਂ ਨੂੰ ਗ੍ਰੀਨਰੀ ਮਿਲ ਜੂ ਪੰਛੀਆਂ ਨੂੰ ਪਾਣੀ ਮਿਲ ਜੂ ਕੁਦਰਤ ਦਾ ਅਸਲੀ ਨਿਸ਼ਾਨਾ ਮਿਲ ਜੂ ਫੇਰ ਤਾਂ ਜਾ ਕੇ ਉਸ ਜਗ੍ਹਾ ਦੇ ਉੱਪਰ ਜਿਹੜੀ ਪਹਿਲਾਂ ਵਾਲੀ ਕੁਦਰਤ ਆ ਜਿਹੜੀ ਮੈਂ ਸ਼ੁਰੂਆਤ ਚ ਦੱਸੀ ਸੀ ਤਿੰਨ ਦਹਾਕੇ ਪਹਿਲਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਹੁਣ ਆਪਾਂ ਦਰਖਤ ਕੱਟਦੇ ਜਾ ਰਹੇ ਆ ਉਹ ਦੁਬਾਰਾ ਜਿਹੜਾ ਹੈਗਾ ਸੁਰਜੀਤ ਕੀਤਾ ਹੋਇਆ ਇਧਰ ਬਾਬਾ ਜੀ ਸਾਮ ਸਵਾਲ ਕਰਦੇ ਨੇ ਇਸ ਜੰਗਲ ਦੀ ਮੀਨੀ ਜੰਗਲ ਦੀ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ ਹਰਵਿੰਦਰ ਸਿੰਘ ਆ ਜੀ ਹਰਵਿੰਦਰ ਜੀ ਤੁਹਾਡੀ ਡਿਊਟੀ ਦੇਖ ਰੇਖਦੀ ਆ ਸਰ ਦੇਖ ਰੇਖਦੀ ਡਿਊਟੀ ਹੈ ਜੀ ਵੀ ਕਿਹੜੇ ਸਮੇ ਆਪਾਂ ਸ਼ਹਿਰ ਕਰਨ ਲੇਟ ਜੀ ਆਉਂਦੀਆਂ ਨੇ ਉਹਨਾਂ ਦਾ ਸਮਾਂ ਵੱਖਰਾ ਰੱਖਿਆ ਗਿਆ ਹੈ ਜੀਵ ਆਪਣੇ ਜਨਸਾਨ ਨੂੰ ਉਹਨਾਂ ਦਾ ਵੱਖਰਾ ਰੱਖ। ਉਹ ਨਾਲ ਨਾਲ ਚੱਲੀ ਜਾਂਦੇ ਆ। ਤੇ ਵੱਡੇ ਤਾਂ ਜੇ ਦੇਣ ਸਾਡੇ ਸਜਦਾਰ ਚੇਤਨ ਹੈਰ ਕੋਲਕੱਤਾ ਦੀ ਹੈ ਜਿਨ੍ਹਾਂ ਨੇ ਇਹ ਆਪਣੀ 4 ਏਕੜ ਜ਼ਮੀਨ ਦਿੱਤੀ ਜਿੱਥੇ ਕਿ ਸਾਨੂੰ ਇੱਥੇ ਸ਼ਹਿਰ ਕਰਨ ਦਾ ਮੌਕਾ ਮਿਲਦਾ ਤੇ ਆਕਸੀਜਨ ਮਿਲਦੀ ਹੈ। ਜਾਨਵਰਾਂ ਨੂੰ ਮਰੂਤ ਤੇ ਫਲ ਫਰੂਟ ਲੱਗੇ ਨੇ ਬੂਟੇ ਖਾਂਦੇ ਨੇ। ਬੱਚੇ ਆਉਂਦੇ ਨੇ। ਬੱਚੇ ਵੀ ਇੱਥੇ ਫਲ ਫਰੂਟ ਖਾਂਦੇ ਨੇ ਜੀ। ਤੋਂ ਬਕਾਇਦਾ ਸਾਰੇ ਫਰੂਟਾਂ ਦੇ ਰਵਾਇਤੀ ਦਰਖਤ ਲੱਗੇ ਨੇ ਹਰ ਇੱਕ ਕੁਦਰਤੀ ਚੀਜ਼ ਜਿਹੜੀ ਆਪਾਂ ਹੁਣ ਅਗਰ ਗੱਲ ਕਰੀਏ ਤੁਸੀਂ ਫਰੂਟਸ ਦੀ ਤਾਂ ਬਾਜ਼ਾਰ ਚ ਕੈਮੀਕਲ ਜਾਂ ਕਿਤਨਾ ਕਿਤੇ ਲਾਲਚ ਨੂੰ ਲੈ ਕੇ ਜਿਆਦਾ ਪੈਸਟਿਸਾਈਡ ਵਰਤੇ ਜਾਂਦੇ ਨੇ ਇੱਥੇ ਤਾਂ ਸਾਰਾ ਕੁਦਰਤੀ ਆ ਇੱਥੇ ਕੋਈ ਰੇ ਸਪਰੇ ਨਹੀਂ ਹੁੰਦੀ ਜੀ ਫਲ ਫਰੂਟ ਤੇ ਜਿਹੜੇ ਸਾਨੂੰ ਇੱਥੇ ਫਲ ਫਰੂਟ ਮਿਲੂਗੀ ਸਾਫ਼ ਸੁਥਰਾ ਮਿਲੂਗਾ ਜੀ ਉਹ ਅਸੀਂ ਬੱਚਿਆਂ ਨੂੰ ਵੀ ਵੰਡ ਕੇ ਦਿੰਨੇ ਆ ਬਾਲਟੀ ਚ ਇਕੱਠੇ ਕਰ ਲੈਨੇ ਆ ਬੱਚੇ ਆਪ ਵੀ ਆ ਕੇ ਖਾਂਦੇ ਨੇ ਜੀ ਬੱਡੇ ਤੇ ਨੇ ਸਰਦਾਰ ਚੇਤਨ ਨੇ ਕਲਕੱਤਾ ਦੀ ਜਿਹਨੇ ਇਹ 4 ਏਕੜ ਜ਼ਮੀਨ ਦੇ ਕੇ ਇੱਥੇ ਸਾਨੂੰ ਫਿਰਨ ਦਾ ਆਕਸੀਜਨ ਮਿਲਦੀ ਆ ਜੀ ਸਰੀਰ ਦੇ ਸੰਭਾਲ ਹੁੰਦੀ ਆ ਜਖਣਾ ਪਿੰਡ ਤੋਂ ਇੱਥੇ ਸ਼ਹਿਰ ਸੇ ਕਰਨ ਆਉਂਦੇ ਨੇ ਮੀਰ ਰੇੜੀ ਤੋਂ ਆਉਂਦੇ ਨੇ ਦੂਰੋਂ ਦੂਰੋਂ ਜਿਹੜੇ ਆਉਂਦੇ ਨੇ ਜੀ ਆਲੇ-ਦਾਲੇ ਉਹ ਵੀ ਇੱਥੇ ਖੜ ਕੇ ਦੇਖ ਕੇ ਜਾਂਦੇ ਨੇ ਵੀ ਇਹ ਜੰਗਲ ਤੁਸੀਂ ਕੀ ਬਣਾਇਆ ਕਾਦੇ ਵਾਸਤੇ ਬਣਾਇਆ ਕੋਈ ਅਸੀਂ ਪ੍ਰੋਜੈਕਟ ਵਾਸਤੇ ਨਹੀਂ ਇਹਨਾਂ ਨੇ ਕਲਕੱਤਾ ਸਿੰਘ ਨੇ ਬਣਾਇਆ ਇਹ ਆਪਣੀ ਆਕਸੀਜਨ ਸਾਫ਼ ਸੁਥਰਾ ਰੱਖਣ ਵਾਸਤੇ ਬਣਾਇਆ ਜੀ ਬਿਲਕੁਲ 4 ਏਕੜ ਦੇ ਵਿੱਚ ਪਿੰਡ ਸੰਗਰੂਰ ਦੇ ਕੋਲ ਸੜੀ 'ਚ ਜਿਹੜਾ ਹੈਗਾ ਇਹ ਜੰਗਲ ਬਣਾਇਆ ਗਿਆ ਹਰ ਇੱਕ ਤਰ੍ਹਾਂ ਦੇ ਰਵਾਇਤੀ ਫਲ ਹਰ ਇੱਕ ਤਰ੍ਹਾਂ ਦੇ ਰਵਾਇਤੀ ਰੁੱਖ ਇਸ ਜਗ੍ਹਾ ਦੇ ਵਿੱਚ ਲਗਾਏ ਗਏ ਨੇ ਜੋ ਰੁੱਖ ਪਿਛਲੇ 3-4 ਦਹਾਕੇ ਪਹਿਲਾਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀ ਉਹ ਸਾਰੇ ਰੁੱਖ ਇਸ ਜਗ੍ਹਾ ਦੇ ਉੱਪਰ ਲਗਾਏ ਗਏ ਨੇ ਤਾਂ ਜੋ ਲੋਕਾਂ ਨੂੰ ਜਿਹੜਾ ਬੜਮੁੱਲੀ ਖਜ਼ਾਨਾ ਹੈਗਾ ਚਾਹੇ ਗੱਲ ਆਯੁਰਵੈਦਿਕ ਕਰੀਏ ਚਾਹੇ ਗੱਲ ਸ਼ੁੱਧ ਆਕਸੀਜਨ ਦੀ ਕਰੀਏ ਚਾਹੇ ਗੱਲ ਕੁਦਰਤ ਦੀ ਕਰੀਏ ਤਾਂ ਸੰਗਰੂਰ ਦੇ ਪਿੰਡ ਕੌਲ ਸਿਡੀ ਦੇ ਵਿੱਚ ਇਹ ਜਿਹੜਾ ਕੁਦਰਤੀ ਜੰਗਲ ਆ 4 ਏਕੜ ਚ ਬਣਾਇਆ ਗਿਆ ਜ਼ਰੂਰ ਤਾਂ ਹੁਣ ਕੁਦਰਤ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਚਾਰ ਕਰਦੇ ਆ ਨਿਊਜ਼ 18 ਤਕਰੀਬਨ ਪਿਛਲੇ 2 ਮਹੀਨੇ ਤੋਂ ਲਗਾਤਾਰ ਪ੍ਰਚਾਰ ਕਰ ਰਿਹਾ ਕਿ ਹਰ ਇੱਕ ਬੂਟਾ ਹਰ ਇੱਕ ਇਨਸਾਨ ਜ਼ਰੂਰ ਲਗਾਓ ਤਾਂ ਤੁਹਾਨੂੰ ਵੀ ਜ਼ਰੂਰਤਾ ਪਿੰਡ ਦੀ ਕਿਸੇ ਸਾਂਝੀ ਜਗ੍ਹਾ ਦੇ ਉੱਪਰ ਅਗਰ ਤੁਸੀਂ ਸ਼ਹਿਰ ਦੀ ਕਿਸੇ ਸਾਂਝੀ ਜਗ੍ਹਾ ਦੇ ਉੱਪਰ ਕੁਦਰਤ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਦਾ ਇੱਕ ਜੰਗਲ ਬਣਾ ਸਕਦੇ ਹੋ ਜਿੱਥੇ ਤੁਸੀਂ ਸਵੇਰੇ ਸ਼ਾਮ ਪਹੁੰਚ ਸਕਦੇ ਹੋ ਸ਼ੁੱਧ ਆਕਸੀਜਨ ਸ਼ੁੱਧ ਆਹਾਰ ਸ਼ੁੱਧ ਫਲ ਫਰੂਟ ਤੁਸੀਂ ਉੱਥੇ ਲੈ ਸਕਦੇ ਹੋ ਸੰਗਰੂਰ ਦੇ ਪਿੰਡ ਕਾਲਸੇੜੀ ਤੋਂ ਚਰਨਜੀਤ ਕੌਸ਼ਲ ਨਿਊਜ਼ 18 ਪੰਜਾਬ